ना सानू कोई मदद नहीं सरकार नहीं कोई नहीं सहायता कोई सानू मिली ना को सानू राशन मिलता जाने जाके मुड़े आने कह देंगे कल नू आना परसों आना बस अही जी तुहाडी कोई सुनवाई नहीं हो रही नहीं हो रही असं अगे यही चाहते हाँ सरकार तो मंग मंगते हाँ सरकार दो कमरे पा दे सानू तो मेरे बच्चे का इलाज हो जाए इलाज ही दवाई बूटी आ बस हजे साढ़े को इलाज उकरी कोई पहुँच नहीं जिन्ना के पैसे आते जवाकों के घर चल जाते एक्सीडेंट हो कितना टाइम हो गया चार साल हो चले जी एक्सीडेंट न लुधियाना लाइव चैनल के माध्यम राही तुहानू एक परिवार नाल बुलाउण जा रहे हैं जो कि पिंड मोगा जिले के पिंड कलकला विखे बकरियां दा चारण दा काम कर रहा है भोला बकरे नाम दे नाल जाणिया जांदा है उस परिवार दे विच 16 जी रहिंदे इस वेले हन जिन्हां विचों छोटे बच्चे सब जो पढ़ रहे जिहड़े बच्चे हैगे आ पढ़ाई 8वीं 9वीं पढ़ाई छड्ड के मजदूरी दा काम करदे आ तुसीं परिवार दे हालात देख सकदे हो किस तरह उहनां दे जिहड़े हैगे घर दे हालात जिथे उह रहि रहा परिवार इह जिहड़ी जगह हैगी आ इह जगह उह आ जिथे कि पहला शमशान घाट हुंदा सी और पिंड वालों जो शमशान घाट अगे शिफ्ट कर दिता गया तो पिछले 18 साल तो जिहड़ा परिवार इत्थे 16 बच्चे परिवार जो मैंबर आ जिहड़े इत्थे रह रहे आ इत्थे लाइट दे कोई प्रबंध नहीं सी अते ना ही किसी वालों कोई मदद की गई इस परिवार नाल गलबात करांगे ये परिवार अपना जिहड़ा किस तरह गुजारा कर रहा तुसीं घर दे हालात देख सकते हो कोई पक्की छत नहीं हैगी कुछ नहीं हैगा कच्चे छत आ छोटे बच्चे आ पढ़ाई छड्डी बैठे आ जे ऐसे वे जो घर का गुजारा किस तरह कर रहे हैं गलबात करते हैं माता की ना तो नहीं मेरा ना सरजीत कौर पत माता जी इतने तुम परिवार के कितने मेंबर हो अस 16 मेंबर आ ਤੇ ਤੁਹਾਡਾ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾ ਜੀ ਇਸ ਵੇਲੇ ਬਸ ਬੱਚੇ ਦਿਹਾੜੀ ਜਾਂਦੇ ਨੇ ਉਹ ਵੱਡਾ ਉਹ ਅੱਡ ਸੀਗਾ ਉਹਦਾ ਇੰਸੀਡੈਂਟ ਹੋ ਗਿਆ 4 ਸਾਲ ਹੋ ਗਏ ਮੰਜੇ ਤੇ ਪਏ ਨੇ ਤੇ ਨਹੀਂ ਗੁਜ਼ਾਰਾ ਕਿਸ ਤਰ੍ਹਾਂ ਕਰਦੇ ਪਏ ਇਸ ਵੇਲੇ ਬੱਕਰੀਆਂ ਨਾਲ ਚੱਲ ਰਿਹਾ ਜਾਂ ਗੁੱਤੇ ਦਿਹਾੜੀ ਜਾਂਦੇ ਪਏ ਬੱਚੇ ਕੋਈ ਬੱਕਰੀਆਂ ਨਾ ਥੋੜੀਆਂ ਘੜੀਆਂ ਬੱਕਰੀਆਂ 10 ਬੱਕਰੀਆਂ ਜੇ 10 ਬੱਕਰੀਆਂ ਦੇ ਬੱਚੇ ਹੋ ਗਏ ਤਾਂ ਵਿੱਚ 4-5 ਫਲ ਵੀ ਸੱਟ ਜਾਂਦੀਆਂ ਕੋਈ ਬੱਚੇ ਮਰ ਵੀ ਜਾਂਦੇ ਆ ਗੁਜ਼ਾਰਾ ਜੇ ਤੱਕ ਵੇਖ ਜਾਂਦਾ ਇੱਕ ਅੱਧਾ ਹੁੰਦਾ ਹੈ ਉਹ ਵੇਚਦਾ ਇਹਨਾਂ ਕੋਲ ਦਵਾਈ ਬੂਟੀ ਮਸਾਂ ਆਉਂਦੀ ਹੈ ਜਿਹੜਾ ਬੱਚਾ ਤੁਹਾਡਾ ਹੈਗਾ ਐਕਸੀਡੈਂਟ ਹੋਇਆ ਜਿਹੜਾ ਮੰਜੇ 'ਤੇ ਪਿਆ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਕਿੰਨਾ ਟਾਈਮ ਹੋ ਗਿਆ ਉਹਨੂੰ ਇਹਨੂੰ ਜੋ ਗੱਡੀ ਵੱਜੀ ਸੀ ਦਿਹਾੜੀ ਜਾ ਕੇ ਆਉਂਦਾ ਸੀਗਾ ਅਤੇ ਕੋਈ ਗੱਡੀ ਮਾਰੀ ਵਿੱਚ ਹਨੇਰਾ ਹੋ ਗਿਆ ਗੱਡੀ ਮਾਰੀ ਉਹ ਗੱਡੀ ਵਾਲਾ ਮਾਰ ਕੇ ਸੁੱਟ ਗਿਆ ਸਿਰ 'ਚ ਵੀ ਸੱਟ ਸੀ ਸਾਰੇ ਸੱਟਾਂ ਸੀ ਇਹਦੇ ਇੱਕ ਲੱਤ ਟੁੱਟੀ ਵੀ ਸੀ ਦੋ ਥਾਂ ਤੋਂ ਲੱਤ ਟੁੱਟੀ ਤੇ ਤੁਹਾਡੇ ਹੁਣ ਕੋਈ ਗੁਜ਼ਾਰਾ ਸਰਕਾਰ ਵੱਲੋਂ ਕੋਈ ਮਦਦ ਮਿਲ ਰਹੀ ਤੁਹਾਡਾ ਕੋਈ ਨਾ ਸਾਨੂੰ ਕੋਈ ਮਦਦ ਨਹੀਂ ਸਰਕਾਰ ਨਹੀਂ ਕੋਈ ਨਹੀਂ ਸਹਾਇਤਾ ਕੋਈ ਸਾਨੂੰ ਮਿਲੀ ਨਾ ਕੋਈ ਸਾਨੂੰ ਰਾਸ਼ਨ ਮਿਲਦਾ ਰਾਸ਼ਨ ਕਾਰਡ ਜਿਹੜੇ ਬਣਦੇ ਪਿੰਡਾਂ ਦੇ ਵਿੱਚ ਉਹ ਤੁਹਾਡੇ ਬਣਿਆ ਜੀ ਕੋਈ ਨਹੀਂ ਕਾਗਜ਼ ਭਰ ਦਿੰਦੇ ਆ ਉਹ ਮੁੜ ਕੇ ਆਉਂਦੇ ਹੀ ਨਹੀਂ ਪਤਾ ਨਹੀਂ ਅਗਲਾ ਨਹੀਂ ਪਹੁੰਚਾਉਂਦਾ ਗਰੀਬ ਕਰਕੇ ਪਤਾ ਨਹੀਂ ਸਰਕਾਰ ਨਹੀਂ ਉਹ ਨਹੀਂ ਮਿਲਦੀ ਤੇ ਤੁਸੀਂ ਦਫ਼ਤਰ ਕਿਸੇ ਅਧਿਕਾਰੀ ਨੂੰ ਮਿਲੇ ਹੋ ਜਾ ਕੇ ਨਹੀਂ ਜੀ ਜਾਣਦੇ ਹਾਂ ਜਾ ਕੇ ਮੁੜ ਆਉਂਦੇ ਹਾਂ ਕਹਿ ਦਿੰਦੇ ਕੱਲ੍ਹ ਨੂੰ ਆਉਣਾ ਪਰਸੋਂ ਨੂੰ ਆਉਣਾ ਬਸ ਅਸੀਂ ਜੀ ਤੁਹਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਨਹੀਂ ਹੋ ਰਹੀ ਅਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਹਾਂ ਸਾਡੇ ਇੱਥੇ 2 ਕਮਰੇ ਪੈ ਜਾਣ ਆਹ ਜਗ੍ਹਾ ਜ਼ਮੀਨ ਸਾਨੂੰ ਮਿਲ ਜਾਏ ਜਿਹਦੇ 'ਚ ਅਸੀਂ ਬੈਠੇ ਹਾਂ ਅਤੇ ਤੁਹਾਨੂੰ ਕੋਈ ਗੌਰਮੈਂਟ ਵੱਲੋਂ ਪੈਨਸ਼ਨ ਮਿਲਦੀ ਜਿਵੇਂ ਬੁਢਾਪਾ ਪੈਨਸ਼ਨ ਮਿਲਦੀ ਹੁੰਦੀ ਆ ਪਹਿਲਾਂ ਮਿਲਦੀ ਸੀ 3 ਪੈਨਸ਼ਨਾਂ ਮਿਲੀਆਂ 4ਥੀ ਪੈਨਸ਼ਨ ਨੂੰ ਕੱਟੀ ਗਈ ਪੁੱਛਿਆ ਕਾਰਨ ਕਿਸ ਨਾਲ ਗੱਲ ਹੋਈ ਕਿਹਨਾਂ ਕਿਉਂ ਕੱਟੀ ਪੈਨਸ਼ਨ ਜੀ ਉਦੋਂ ਕਹਿੰਦੇ ਸੀ ਉਹ ਤੁਹਾਡਾ ਬਣਾਓ ਕੀ ਪਿੰਡ ਕਾਰਟ ਬਣਾਓ ਆਧਾਰ ਕਾਰਟ ਬਣੇ ਸੀ ਪਿੰਡ ਕਾਰਟ ਨਹੀਂ ਸੀ ਜੀ ਬਣਿਆ ਉਦੋਂ ਬਾਅਦ ਫਿਰ ਮੈਂ ਬਣਾਇਆ ਉਦੋਂ ਬਾਅਦ ਮੇਰੀ ਪੈਨਸ਼ਨ ਕੱਟਤੀ ਉਦੋਂ ਕੱਟਤੀ ਸੀ ਤੇ ਕੋਈ ਪਿੰਡ ਵੱਲੋਂ ਤੁਹਾਨੂੰ ਕੋਈ ਸਹਾਇਤਾ ਮਿਲਦੀ ਹੈ ਸਰਪੰਚ ਵੱਲੋਂ ਜਾਂ ਕੋਈ ਗ੍ਰਾਂਟ ਕੋਈ ਵਗੈਰਾ ਕੋਈ ਮਿਲਦਾ ਤੁਹਾਨੂੰ ਨਹੀਂ ਸਾਨੂੰ ਕੋਈ ਉਹਨੇ ਦਿੱਤਾ ਨਹੀਂ ਕੋਈ ਗ੍ਰਾਂਟ ਨਹੀਂ ਸਾਨੂੰ ਮਿਲਦੀ ਕੋਈ ਕੋ ਸਾਨੂੰ ਸਹਾਇਤਾ ਨਹੀਂ ਕਰਦਾ ਹੁਣ ਤੁਸੀਂ ਅੱਗੇ ਕੀ ਮੰਗ ਚਾਹੁੰਦੇ ਕੀ ਬਸ ਅਸੀਂ ਅੱਗੇ ਇਹੀ ਚਾਹੁੰਦੇ ਹਾਂ ਸਰਕਾਰ ਤੋਂ ਮੰਗ ਮੰਗਦੇ ਹਾਂ ਸਰਕਾਰ 2 ਕਮਰੇ ਪਾ ਦੇ ਸਾਨੂੰ ਤਾਂ ਮੇਰੇ ਬੱਚੇ ਦਾ ਇਲਾਜ ਹੋ ਜਾਏ ਆਹ ਜਗ੍ਹਾ ਜ਼ਮੀਨ ਸਾਡੀ ਹੱਕ 'ਚ ਹੋ ਜਾਏ ਸਾਨੂੰ ਮਿਲ ਜਾਏ ਭਾਵੇਂ ਕਨੌਨੀਆਂ ਪਾ ਕੇ ਦੇ ਦੇਣੇ ਇਸ ਜਗ੍ਹਾ 'ਤੇ ਬਿਲਕੁਲ ਜੀ ਇਹਨਾਂ ਦਾ ਕਹਿਣਾ ਹੈ ਕਿ ਜਿਹੜੇ ਸਰਕਾਰ ਵੱਲੋਂ ਜਿਹੜੀ ਸਹਾਇਤਾ ਜਿਹੜੀ ਹੈਗੀ ਹੈ ਇਹਨਾਂ ਨੂੰ ਜਿਹੜੀ ਕੋਈ ਨਹੀਂ ਮਿਲ ਰਹੀ ਇਹਨਾਂ ਦੀ ਪ੍ਰਸ਼ਾਸਨ ਨੇ ਅੱਗੇ ਇਹੀ ਮੰਗ ਹੈ ਵੀ ਇਹਨਾਂ ਨੇ ਕਮਰਾ ਪਾਇਆ ਜਾਵੇ ਅਤੇ ਜਿਹੜਾ ਬੱਚੇ ਦਾ ਜਿਹੜਾ ਇਲਾਜ ਕਰਵਾਇਆ ਜਾਵੇ ਤਾਂ ਜੋ ਇਹ ਘਰ ਦਾ ਗੁਜ਼ਾਰਾ ਗੱਲ ਕਰ ਸਕਣ ਆਹ ਗੱਲ ਕਰਾਂਗੇ ਜਿਹੜਾ ਇਹਨਾਂ ਦਾ ਬੇਟਾ ਹੈਗਾ ਜਿਹਦਾ ਐਕਸੀਡੈਂਟ ਉਹਦੇ ਨਾਲ ਵੀ ਗੱਲਬਾਤ ਕਰਦੇ ਹਾਂ ਵੀ ਉਹਨਾਂ ਦਾ ਕੀ ਕਹਿਣਾ ਕੀ ਨਾਂ ਜੀ ਤੁਹਾਡੇ ਗੁਰਜੰਟ ਸਿੰਘ ਜੀ ਗੁਰਜੰਟ ਜੀ ਤੁਸੀਂ ਮੰਜੇ 'ਤੇ ਪਏ ਹੋ ਤੁਹਾਡਾ ਐਕਸੀਡੈਂਟ ਹੋਇਆ ਕਿੰਨੇ ਚਿਰ ਹੋ ਗਏ ਇਸ ਨੂੰ 4 ਸਾਲ ਹੋ ਚੱਲੇ ਜੀ ਮੈਨੂੰ ਕੀ ਪ੍ਰੋਬਲਮ ਕੀ ਆਈ ਹੈ ਤੁਹਾਨੂੰ ਪ੍ਰੋਬਲਮ ਆ ਜੀ ਗੱਡੀ ਵੱਜ ਗਈ ਸੀਗੀ ਵਿੱਚ ਅਤੇ ਜਾਣੀ ਗੱਡੀ ਵਾਲਾ ਗੱਡੀ ਲੈ ਗਿਆ ਸੀ ਅਤੇ ਸਾਨੂੰ ਪਿੰਡ ਵਾਲਿਆਂ ਨੇ ਜਾ ਕੇ ਇੱਥੋਂ ਮੁੰਡੇ ਲੰਘੇ ਜਾਂਦੇ ਸੀਗੇ ਉਹਨਾਂ ਨੇ ਚੱਕਿਆ ਜੀ ਸਾਨੂੰ ਜਾ ਕੇ
इलाज ਤੁਸੀਂ ਕਰਵਾ ਰਹੇ ਜੀ ਕੋਈ ਇਲਾਜ ਹੀ ਦਵਾਈ ਬੂਟੀ ਆ ਬਸ ਹਜੇ ਸਾਡੇ ਕੋਲੇ ਇਲਾਜ ਉਕਰੀ ਕੋਈ ਪਹੁੰਚ ਨਹੀਂ ਜਿੰਨਾ ਕੁ ਪੈਸੇ ਆਉਂਦੇ ਜਵਾਕਾਂ ਦੇ ਘਰੇ ਚੱਲ ਜਾਂਦੇ ਜੀ ਜਿਹੜਾ ਐਕਸੀਡੈਂਟ ਹੋਇਆ ਸੀ ਕਿੰਨਾ ਟਾਈਮ ਹੋ ਗਿਆ 4 ਸਾਲ ਹੋ ਚੱਲੇ ਜੀ ਐਕਸੀਡੈਂਟ ਨੂੰ ਮੇਰੇ ਨੂੰ ਤੇ ਇਲਾਜ ਕੀ ਕੀਤਾ ਸੀ ਉਦੋਂ ਉਦੋਂ ਰਾੜ ਪਾਈ ਸੀ ਜੀ ਅਸੀਂ ਤੇ ਰਾੜ ਉਹ ਸਹੀ ਨਹੀਂ ਪਈ ਜੀ ਰਸ ਦੀ ਰਸਣ ਲੱਗ ਗਈ ਰਾੜ ਉਦੋਂ ਤੇ ਮੰਜੇ ਤੇ ਹੀ ਹੋ ਤੁਸੀਂ ਉਦੋਂ ਦੇ ਮੰਜੇ ਤੇ ਹੀ ਆ ਜੀ ਤੇ ਫਿਰ ਗੁਜ਼ਾਰਾ ਕਿਸ ਤਰ੍ਹਾਂ ਚੱਲ ਰਿਹਾ ਤੁਹਾਡੇ ਘਰ ਦਾ ਗੁਜ਼ਾਰਾ ਹੈ ਜੀ ਜਵਾਕ ਨੌਵੀਂ ਸਕੂਲ 'ਚੋਂ ਮੈਂ ਹਟਾ ਲਏ ਸੀਗੇ ਹਟ ਗਏ ਸੀ ਵਿਚਾਰੇ ਆਪ ਹੀ ਜੋ ਘਰੇ ਕੁਛ ਨਹੀਂ ਸੀਗਾ ਕੁਛ ਘਰਾਂ ਵਾਲੀ ਜਾਂਦੀ ਆ ਜਵਾਕੜੀਆਂ ਨੂੰ ਲੈ ਕੇ ਦੂਜਿਆਂ ਨੂੰ ਛੋਟੀਆਂ ਨੂੰ ਕੰਮਾਂ ਜਾਣੀ ਤਿੰਨਾਂ ਚਾਰਾਂ ਘਰਾਂ ਦੇ ਕੰਮ ਉਹ ਕਰਦੀ ਆ ਜਵਾਕ ਅਜੇ ਦਿਹਾੜੀ ਲੱਗਦੀ ਆ ਤਾਂ ਵਿਚਾਰੇ ਇਹ ਲਾ ਆਉਂਦੇ ਆ ਕੁਛ ਘਰ ਦਾ ਖਰਚਾ ਚਲਾ ਲੈਂਦੇ ਕੁਛ ਮੈਨੂੰ ਦਵਾਈ ਬੂਟੀ ਲਿਆ ਦਿੰਦੇ ਕਿੰਨੇ ਬੱਚੇ ਜੀ ਤੁਹਾਡੇ ਮੇਰੇ 4 ਬੱਚੇ ਆ ਜੀ 2 ਬੱਚੇ ਆ ਅਤੇ ਫਿਰ ਤੁਹਾਡਾ ਗੁਜ਼ਾਰਾ ਸਿਰ ਕਿਵੇਂ ਚੱਲ ਰਿਹਾ ਉਹਨਾਂ ਦਾ ਦਿਹਾੜੀ ਨਾਲ ਚੱਲ ਰਿਹਾ ਹਾਂ ਜੀ ਦਿਹਾੜੀ ਸਿਰ 'ਤੇ ਚੱਲ ਰਿਹਾ ਹੈ ਜੀ ਸਾਡਾ ਜਾਂ ਕੋਈ ਸਾਨੂੰ ਪਿੰਡ 'ਚੋਂ ਆ ਵਿਚਾਰੇ ਕੋਈ ਭੈਣ ਭਰਾ ਉਹੋ ਜਿਹੇ ਮਾੜੀ ਮੋਟੀ ਮਦਦ ਕਰ ਜਾਂਦੇ ਆ ਜੀ ਸਰਕਾਰ ਵੱਲੋਂ ਕੋਈ ਸਹੂਲਤ ਮਿਲ ਰਹੀ ਤੁਹਾਡਾ ਕਾਰਡ ਬਣਿਆ ਕੋਈ ਇਲਾਜ ਵਾਲਾ ਇਲਾਜ ਵਾਲਾ ਕਾਰਡ ਬਣਾਇਆ ਸੀ ਜੀ ਪਹਿਲਾਂ ਮੁੜ ਕੇ ਉਹ ਚੱਲਿਆ ਨਹੀਂ ਸੀ ਜੀ ਇੱਥੇ ਉਹ ਜਿਹੜੇ ਡਾਕਟਰ ਨੇ ਮੇਰੀ ਪਹਿਲਾਂ ਲੱਤ ਅਸੀਂ ਬਣਾਉਣ ਦੀ ਕੋਸ਼ਿਸ਼ 'ਚ ਪੈ ਗਏ ਸੀਗੇ ਜੀ ਜਿਹੜਾ ਮੈਨੂੰ ਮੈਂ ਓਪਰੇਸ਼ਨ ਕਰਕੇ ਲੈ ਕੇ ਗਿਆ ਸੀਗਾ ਜਿਹਨੇ ਓਪਰੇਸ਼ਨ ਜਾਣੀ ਕਿ ਮੇਰਾ ਕਰਵਾਇਆ ਸੀ ਜੀ ਅਤੇ ਉਹ ਕਾਰਡ ਰਹਿ ਗਿਆ ਸੀ ਉਹਦੇ ਕੋਲ ਜੀ ਸਾਡਾ ਅਤੇ ਮੁੜ ਕੇ ਅਸੀਂ ਗਏ ਨੀਗੇ ਅਤੇ ਉਹ ਕਹਿੰਦਾ ਜੀ ਮੈਂ ਕਾਰਡ ਪਹੁੰਚਾ ਦੂੰਗਾ ਉਹਨੇ ਉਹ ਕਾਰਡ ਨਹੀਂ ਪਹੁੰਚਾਇਆ ਜੀ ਅਤੇ ਮੁੜ ਕੇ ਸਾਥੋਂ ਬਣਿਆ ਨਹੀਂ ਜੀ ਅਤੇ ਰਾਸ਼ਨ ਕਾਰਡ ਕੋਈ ਬਣਿਆ ਤੁਹਾਡਾ ਰਾਸ਼ਨ ਮਿਲਦਾ ਸਾਨੂੰ ਹਾਂ ਜੀ ਕਣਕ ਵਾਲਾ ਕਾਰਡ ਬਣਿਆ ਪਿਆ ਜੀ ਮੇਰਾ ਮਾਤਾ ਜੀ ਦਾ ਮੇਰੀ ਹੁਣਾਂ ਦਾ ਨਹੀਂ ਬਣਿਆ ਗਾ ਮੇਰਾ ਲਾਗਾ ਮੈਂ ਮੇਰਾ ਬਣ ਗਿਆ ਸੀ ਜੀ ਅਤੇ ਹੋਰ ਤੁਹਾਡੀ ਹੁਣ ਕੀ ਮੰਗ ਕੀ ਹੈ ਸਰਕਾਰ ਅੱਗੇ ਸਰਕਾਰ ਅੱਗੇ ਇਹੀ ਮੰਗ ਆ ਜੀ ਸਾਡੇ ਕੋਈ 2 ਕਮਰੇ ਪਵਾ ਦੇਵੇ ਪਵਾ ਦੇਣ ਜੀ ਅਤੇ ਜਾਂ ਕੋਈ ਥਾਂ ਥੱਫੇ ਦਾ ਕਰ ਦੇਣ ਅਤੇ ਇਲਾਜ ਦਾ ਕਰਾ ਦੇਣ ਜਿੰਨੀ ਕੁ ਜੋਕ ਰਿਹਾ ਜੀ ਗਰੀਬ ਬਸ ਇਹਨਾਂ ਦਾ ਕਹਿਣਾ ਹੈ ਵੀ ਸਰਕਾਰ ਅੱਗੇ ਇਹੀ ਮੰਗ ਆ ਵੀ ਸਾਡਾ ਜਿਹੜਾ ਘਰ ਦਾ ਗੁਜ਼ਾਰਾ ਜਿਹੜਾ ਹੋ ਜਾਵੇ ਜਿਵੇਂ ਇਹਨਾਂ ਸ਼ਮਸ਼ਾਨ ਘਾਟ ਦੇ ਵਿੱਚ ਰਹਿ ਰਹੇ ਪਿਛਲੇ 18 ਸਾਲ ਤੋਂ ਵੀ ਇਹਨਾਂ ਦਾ ਜਿਹੜਾ ਹੈਗਾ ਇਲਾਜ ਕਰਵਾ ਦਿੱਤਾ ਜਾਵੇ ਅਤੇ ਕਮਰੇ ਬਣਾ ਦਿੱਤੇ ਜਾਣ ਜੋ ਆਪਦੇ ਪਰਿਵਾਰ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਕਰ ਸਕਣ ਮੋਗਾ ਤੋਂ ਸੰਜੀਵ ਕੁਮਾਰ ਅਰੋੜਾ ਲੁਧਿਆਣਾ ਲਾਈਵ